ਮੰਮੀ ਤੁਸੀਂ ਭੁੱਲ ਗਏ ਹੋ ਹੁਣ ਮੈਨੂੰ। ਹੁਣ ਨਾ ਹੀ ਤੁਹਾਨੂੰ ਮੇਰੀ ਕੋਈ ਫਿਕਰ ਹੁੰਦੀ ਹੈ, ਨਾ ਹੀ ਮੇਰਾ ਹਾਲ ਚਾਲ ਪੁੱਛਦੇ ਹੋ। ਕੁੜੀਆਂ ਵਿਆਹ ਤੋਂ ਬਾਅਦ ਇੰਨੀਆਂ ਬੇਗਾਨੀਆਂ ਹੋ ਜਾਂਦੀਆਂ। ਪੁੱਤਰ ਤੇਰਾ ਉਹੀ ਘਰ ਹੈ, ਮੈਂ ਤਾਂ ਬਸ ਇਹ ਚਾਹੁੰਦੀ ਹਾਂ ਕਿ ਤੇਰਾ ਸਾਰਾ ਧਿਆਨ ਉਸ ਘਰ ਦੀ ਸਾਂਭ ਸੰਭਾਲ 'ਚ ਲੱਗੇ। ਆਪਾਂ ਤਾਂ ਕਦੋਂ ਵੀ ਮਿਲ ਸਕਦੇ ਹਾਂ। ਇਹਦਾ ਮਤਲਬ ਹੌਲੀ ਹੌਲੀ ਤੁਸੀਂ ਮੈਨੂੰ ਭੁੱਲ ਵੀ ਜਾਓਗੇ ਫਿਰ। ਇਹ ਹੋ ਸਕਦਾ ਕਦੇ, ਅਸੀਂ ਚਾਹੇ ਤੈਨੂੰ ਕਦੇ ਫੋਨ ਨਹੀਂ ਕਰਦੇ, ਪਰ ਸਾਡਾ ਦਿਲ ਜਾਣਦਾ ਕਿ ਸਾਨੂੰ ਤੇਰੀ ਕਿੰਨੀ ਫਿਕਰ ਰਹਿੰਦੀ ਹੈ। ਮੈਂ ਤਾਂ ਬਸ ਬਾਬਾ ਜੀ ਕੋਲ ਇਹੀ ਅਰਦਾਸ ਕਰਦੀ ਰਹਿੰਦੀ ਹਾਂ ਕਿ ਮੇਰੇ ਫੁੱਲਾਂ ਵਰਗੀ ਬੱਚੀ ਨੂੰ ਕਿਸੇ ਦੀ ਨਜ਼ਰ ਨਾ ਲੱਗੇ। ਸਾਨੂੰ ਤੇਰੀ ਖੁਸ਼ੀ ਤੋਂ ਵੱਧ ਹੋਰ ਕੁਛ ਵੀ ਜ਼ਰੂਰੀ ਨਹੀਂ ਪੁੱਤਰ। ਫਿਰ ਉਸ ਦਿਨ ਤੁਸੀਂ ਦੋਨੋਂ ਨੇ ਮੇਰੀ ਆਵਾਜ਼ ਕਿਉਂ ਨਹੀਂ ਸੁਣੀ? ਉਹ ਬਸ ਬਸ ਸਾਰੀਆਂ ਗੱਲਾਂ ਹੁਣ ਮੰਮੀ ਨਾਲ ਹੀ ਕਰੇਂਗੀ। ਹਾਂ ਬਈ, ਮੈਂ ਤਾਂ ਕੁਛ ਹੈ ਹੀ ਨਹੀਂ ਤੇਰੇ ਲਈ। ਹੁਣ ਆਪਦੇ ਸਰਤਾਜ ਦੇ ਪਿਆਰ 'ਚ ਸਾਰਾ ਨੂੰ ਤਾਂ ਭੁੱਲ ਹੀ ਗਈ। ਸਾਰਾ, ਸਭ ਤੋਂ ਜ਼ਿਆਦਾ ਮੈਂ ਤਾਂ ਤੈਨੂੰ ਮਿਸ ਕਰਦੀ ਹਾਂ। ਤੈਨੂੰ ਮੈਂ ਕਿਵੇਂ ਭੁੱਲ ਸਕਦੀ ਹਾਂ? ਜਾਣਦੀ ਹਾਂ ਮੈਂ ਤੈਨੂੰ, ਤਾਂ ਹੀ ਨਾ ਦਿਨ ਦੇ ਵਿੱਚ 10-20 ਮਿਸ ਕਾਲਜ ਆ ਜਾਂਦੀਆਂ ਸੀ। ਅੱਛਾ, ਸੌਰੀ ਸੌਰੀ। ਚਲੋ ਗਾਈਸ, ਬਹੁਤ ਗੱਲਾਂ ਹੋ ਗਈਆਂ, ਹੁਣ ਨਾਓ ਇਟਸ ਟਾਈਮ ਫੋਰ ਅ ਪਾਰਟੀ। ਹਾਂ ਚਲੋ, ਇੱਕ ਮਿੰਟ, ਪਹਿਲਾਂ ਖਾਣਾ ਖਾ ਲਓ, ਫਿਰ ਕਰ ਲਿਓ ਜੋ ਕੁਛ ਕਰਨਾ। ਅੱਜ ਮੈਂ ਕੀਰਤ ਦਾ ਮਨਪਸੰਦ ਖਾਣਾ ਬਣਾਇਆ। ਅੱਛਾ ਮੰਮੀ ਜੀ, ਮਤਲਬ ਕੀਰਤ ਦੇ ਮਨਪਸੰਦ ਦਾ ਬਣਿਆ। ਮੈਂ ਤਾਂ ਫਿਰ ਰਹਿਣ ਦਿੰਦਾ, ਮੈਂ ਘਰੇ ਚੱਲ ਜਾਂਦਾ। ਇੱਦਾਂ ਕਿੱਦਾਂ ਚੱਲਦਾ, ਤੁਸੀਂ ਸਾਰੇ ਸਾਡੇ ਬੱਚੇ ਹੋ, ਇਹ ਖਾਣਾ ਤੁਹਾਡੇ ਸਾਰਿਆਂ ਲਈ ਸਪੈਸ਼ਲ ਬਣਿਆ। ਓਹੋ ਵਾਹ, ਅੱਜ ਫੇਰ ਇੰਡੀਅਨ ਖਾਣਾ। ਸੱਚੀ ਜਿੰਨਾ ਪਿਆਰ ਤੁਸੀਂ ਸਾਰੇ ਮੈਨੂੰ ਦੇ ਰਹੇ ਹੋ ਨਾ, ਮੈਨੂੰ ਤਾਂ ਨਹੀਂ ਲੱਗਦਾ ਮੈਂ ਵਾਪਿਸ ਕੈਨੇਡਾ ਵੀ ਜਾ ਪਾਣਾ। ਆਖੇ ਸਰਤਾਜ ਕਿਰਤ ਨੂੰ ਆਫਿਸ ਲੈ ਕੇ ਜਾਣ ਲਈ ਇੰਨਾ ਐਕਸਾਈਟਿਡ ਕਿਉਂ ਸੀ? ਤੇ ਦਿਮਾਗ 'ਚ ਚੱਲ ਕੀ ਰਿਹਾ? ਇੱਕ ਤਾਂ ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਉਹ ਲੁੱਕ ਲੁੱਕ ਕੇ ਗੱਲ ਕਿਹਦੇ ਨਾਲ ਕਰ ਰਿਹਾ ਸੀ। ਮੈਨੂੰ ਉਹਦੇ ਬਾਰੇ ਨਾ ਪਤਾ ਕਰਨਾ ਹੀ ਪੈਣਾ, ਪਰ ਕਿਵੇਂ? ਹਾਂ ਲਵਲੀ ਵੇਵਸ, ਉਹੀ ਮੇਰੀ ਹੈਲਪ ਕਰ ਸਕਦੇ ਨੇ। ਉਹਨਾਂ ਕੋਲ ਕੋਈ ਨਾ ਕੋਈ ਸੋਲੂਸ਼ਨ ਤਾਂ ਜ਼ਰੂਰ ਹੋਏਗਾ। ਅਸ਼ਪ੍ਰੀਤ, ਰਿਸ਼ਤੇ ਵਾਲੇ ਨੇ ਤੇਰੇ ਵਾਸਤੇ ਮੁੰਡਿਆਂ ਦੀ ਫੋਟੋਆਂ ਭੇਜੀਆਂ ਨੇ, ਦੇਖ ਤਾਂ ਸਹੀ। ਤੈਨੂੰ ਕੋਈ ਮੁੰਡਾ ਪਸੰਦ ਹੀ ਆ ਜੀ? ਆਂਟੀ ਜੀ, ਮੈਂ ਬਾਅਦ 'ਚ ਦੇਖ ਲਵਾਂਗੀ, ਤੁਸੀਂ ਮੈਨੂੰ ਸੈਂਡ ਕਰ ਦਿਓ। ਠੀਕ ਹੈ, ਮੈਂ ਤੈਨੂੰ ਸੈਂਡ ਕਰ ਦਿੰਦੀ ਹਾਂ, ਪਰ ਦੇਖ ਕੇ ਦੱਸੀ। ਹੁਣੇ ਡਾਊਨਲੋਡ ਕਰੋ Z5 ਐਪ ਤੇ ਵੇਖੋ ਆਪਣੇ ਪਸੰਦੀਦਾ ਸ਼ੋਜ਼ ਦੇ ਸਾਰੇ ਐਪੀਸੋਡ ਕਿਤੇ ਵੀ ਕਦੇ ਵੀ ਬਿਲਕੁਲ ਮੁਫਤ।